ਪੂਰੇ ਹਿੰਦੁਸਤਾਨ ਦੇ ਵਿੱਚ ਕਿਸ਼ਨ ਜਨਮ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ। ਜਿਸ ਦੀ ਗੱਲ ਕਰੀਏ ਜਲੰਧਰ ਦੇ ਗੀਤਾ ਮੰਦਿਰ ਅਰਬਨ ਸਟੇਟ ਫੇਸ 2 ਦੇ ਵਿੱਚ ਖੜੇ ਆ। ਸਾਡੇ ਨਾਲ ਜੋ ਮੰਦਿਰ ਦੇ ਪ੍ਰਧਾਨ ਹੈ ਲਵਲੀ ਜੀ। ਲਵਲੀ ਜੀ, ਹਰ ਸਾਲ ਬੜੀ ਧੂਮਧਾਮ ਨਾਲ ਜਨਮ ਉਤਸਵ ਕਰੀ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ। ਹਾਂਜੀ ਬਿਲਕੁਲ, ਹਰ ਸਾਲ ਅਸੀਂ ਬੜੀ ਧੂਮਧਾਮ ਨਾਲ ਮਨਾ ਰਹੇ ਹਾਂ ਜਨਮ ਅਸ਼ਟਮੀ ਤੋਂ ਪਹਿਲਾਂ। ਅਸੀਂ 19 ਤਰੀਕ ਤੋਂ ਲੈ ਕੇ 25 ਤੱਕ ਭਾਗਵਤ ਕਰਾਈ, ਹਰ ਸਾਲ ਹੀ ਭਾਗਵਤ ਹੁੰਦੀ ਹੈ, ਫਿਰ ਅਸੀਂ 26 ਤਰੀਕ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਂਦੇ ਹਾਂ। ਇਹਦੇ ਵਿੱਚ ਅਸੀਂ ਵਿਜੇ ਚੋਪੜਾ ਜੀ ਦੀ ਪ੍ਰੇਰਨਾ ਦੇ ਨਾਲ ਅਸੀਂ ਵਿਧਵਾ ਨੂੰ ਜਿਹੜਾ ਰਾਸ਼ਨ ਵੀ ਵੰਡਦੇ ਹਾਂ ਅਤੇ ਗਰੀਬ ਕੰਨਿਆ ਦਾ ਵਿਆਹ ਵੀ ਕਰਦੇ ਹਾਂ। ਅਸੀਂ ਹਰ ਸਾਲ ਬਾਓ ਜੀ ਦੇ ਨਾਲ ਜੁੜੇ ਹਾਂ, ਜਿੱਦਾਂ ਸਾਨੂੰ ਬਾਓ ਜੀ ਹੁਕਮ ਕਰਦੇ ਉਸ ਤਰ੍ਹਾਂ ਹੀ ਹਰ ਸਾਲ ਵੱਧ ਤੋਂ ਵੱਧ ਚੜ੍ਹ ਕੇ ਮਨਾਉਂਦੇ ਹਾਂ। ਦੇਖਣ ਨੂੰ ਮਿਲਿਆ ਮੰਦਿਰ ਪੂਰੀ ਤਰ੍ਹਾਂ ਫੁੱਲਾਂ ਦੇ ਨਾਲ ਸਜਾਇਆ ਗਿਆ, ਲਾਈਟਾਂ ਨਾਲ ਸਜਾਇਆ ਗਿਆ, ਕਿੱਦਾਂ ਆਮ ਬੱਚੇ ਦਾ ਜਨਮ ਉਤਸਵ ਮਨਾਉਂਦੇ ਆ ਉਦਾਂ ਹੀ ਜੋ ਹੈ ਕ੍ਰਿਸ਼ਨ ਜਨਮ। ਹਾਂਜੀ ਬਿਲਕੁਲ, 12 ਵਜੇ ਪੂਰੇ ਸਾਡੇ ਕੋਲ ਕ੍ਰਿਸ਼ਨ ਜੀ ਦੇ ਰੂਪ ਦੇ ਵਿੱਚ ਇੱਕ ਬੱਚਾ ਆ ਰਿਹਾ, ਹਰ ਸਾਲ ਆਉਂਦਾ ਉਹ ਬੱਚਾ। ਅਸੀਂ ਅੰਦਰ ਬੜੀ ਵਧੀਆ ਸੁੰਦਰ ਝਾਕੀ ਨਾਲ ਬਾਹਰ ਦਿਖਾਉਂਦੇ ਲੋਕਾਂ ਨੂੰ, ਉਹ ਬੱਚਾ ਅੰਦਰੋਂ ਜਦੋਂ ਪੂਰੇ 12 ਵਜਦੇ ਤੇ ਉਹ ਬੱਚਾ ਰੋਣ ਲੱਗ ਜਾਂਦਾ ਤੇ ਸਾਰਿਆਂ ਨੂੰ ਪਤਾ ਲੱਗਦਾ ਕ੍ਰਿਸ਼ਨ ਭਗਵਾਨ ਜੀ ਇੱਥੇ ਆ ਗਏ ਆ ਅਰਬਨ ਸਟੇਟ ਫੇਸ 2 ਦੇ। ਇਸ ਕਰਕੇ ਲੋਕੀ ਦੇਖੋ ਕਿੰਨਾ ਰਸ਼ ਆ ਸਾਡੇ ਕੋਲ, ਇਸੇ ਕਰਕੇ ਲੋਕੀ ਹੁਣ 12 ਵਜੇ ਦੀ ਉਡੀਕ ਕਰ ਰਹੇ ਆ ਕਿ 12 ਵਜਣ ਤੇ ਕ੍ਰਿਸ਼ਨ ਭਗਵਾਨ ਜੀ ਦੇ ਦਰਸ਼ਨ ਕਰਨ ਤੇ ਸਭ ਤੋਂ ਆਪਣੇ ਲਾਭ ਪ੍ਰਾਪਤ ਕਰਨ। ਦੇਖਣ ਨੂੰ ਮਿਲਦਾ ਲੋਕ ਸਾਲ ਵੇਟ ਕਰਦੇ ਨੇ ਕਿਦੋਂ ਜਨਮ ਅਸ਼ਟਮੀ ਆਵੇ ਤੇ ਉਦੋਂ ਅਸੀਂ 12 ਵਜੇ ਦੀ ਵੇਟ ਕਰੀਏ। ਕਿੱਦਾਂ ਲੱਡੂ ਗੋਪਾਲ ਬਾਹਰ ਆਉਂਦੇ ਨੇ ਕ੍ਰਿਸ਼ਨ ਦੇ? ਕ੍ਰਿਸ਼ਨ ਜੀ ਆਉਂਦੇ ਨੇ ਬਾਹਰ, ਲੋਕੀ ਬਸ ਝਾਂਕੀ ਦੇ ਪਿੱਛੇ ਫਟਾਫਟ ਦੌੜਦੇ ਨੇ ਤੇ ਉਹਨਾਂ ਦਾ ਪ੍ਰਣਾਮ ਕਰਦੇ ਨੇ, ਉਹਨਾਂ ਕੋਲ ਆਸ਼ੀਰਵਾਦ ਲੈਂਦੇ ਨੇ। ਇੱਕ ਜਿਹੜਾ ਬੱਚੇ ਦੇ ਰੂਪ ਦੇ ਵਿੱਚ ਸਾਡੇ ਕੋਲ ਕ੍ਰਿਸ਼ਨ ਭਗਵਾਨ ਜੀ ਇਹ ਸਾਡੇ ਇਲਾਕੇ 'ਚ ਪੈਦਾ ਹੋ ਚੁੱਕੇ ਆ। ਹਾਂਜੀ ਦੇਖਿਆ, ਅਸੀਂ ਗੱਲਬਾਤ ਕੀਤੀ ਗਈ ਹੈ ਪ੍ਰਧਾਨ ਜੀ ਦੇ ਨਾਲ, ਉਹਨਾਂ ਨੇ ਦੱਸਿਆ ਲੋਕ ਕਿਹੜੇ ਆ 12 ਵਜੇ ਦੀ ਵੇਟ ਕਰਦੇ ਨੇ, 12 ਵਜੇ ਦੇ ਕਿਦੋਂ 12 ਵਜਦੇ ਨੇ ਤੇ ਉਦੋਂ ਜੋ ਹੈ ਟੋਕਰੀ ਦੇ ਵਿੱਚ ਜੋ ਲੱਡੂ ਗੋਪਾਲ ਕਿਸ਼ਨ ਜੀ ਉਹ ਆਉਂਦੇ ਨੇ ਤੇ ਲੋਕ ਉਹਨਾਂ ਦੀ ਵੇਟ ਕਰਦੇ ਨੇ, ਦਰਸ਼ਨ ਕਰਦੇ ਨੇ। ਕਿਦੋਂ ਉਹਨਾਂ ਦੱਸਿਆ ਇੱਥੇ ਭਾਗਵਤ ਕਥਾ ਵੀ ਕਰਾਈ ਜਾਂਦੀ ਹੈ, ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਵੀ ਕਿਹੜਾ ਦਿੱਤਾ ਜਾਂਦਾ। ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ, ਜਗਬਾਣੀ ਟੀਵੀ ਜਲੰਧਰ।